ਪੰਜਾਬ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀਆਂ ਮੁੱਦਿਆਂ ਦੀ ਭਾਲ ਵਿੱਚ ਨੇ ਤਾਂ ਕਿ ਉਹ ਲੋਕ ਕਚਹਿਰੀ ਵਿੱਚ ਆਪਣੀ ਗੱਲ ਰੱਖ ਸਕਣ। ਇਨੀ ਦਿਨੀ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਦਿੱਤੀ ਗਈ ਫਤਿਹ ਕਿੱਟ ਦਾ ਮਾਮਲਾ ਸੁਰਖੀਆਂ ਵਿੱਚ ਹੈ। ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਨੂੰ ਫਤਿਹ ਕਿੱਟ ਮਾਮਲੇ ਵਿੱਚ ਘੇਰ ਰਹੀਆਂ ਨੇ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੰਦਿਆਂ ਫਤਿਹ ਕਿੱਟ ਮਾਮਲੇ ਵਿੱਚ ਉੱਚ ਅਫਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾ ਚੁੱਕੀ ਹੈ, ਪਰ ਫਿਰ ਵੀ ਅਜੇ ਇਹ ਮਸਲਾ ਠੰਡੇ ਬਸਤੇ ਵਿੱਚ ਪੈਂਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਪਿਛਲੇ ਦਿਨੀ ਜਿੱਥੇ ਫਤਿਹ ਕਿੱਟ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵੱਲੋਂ ਮੁਹਾਲੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਆਮ ਆਦਮੀ ਪਾਰਟੀ ਵੀ ਇਸ ਮਾਮਲੇ ਤੇ ਚੁਟਕੀਆਂ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਕਿਹਾ ਸੀ ਕਿ ਉਹਨਾਂ ਨੇ ਆਪਣੇ ਸਿਆਸੀ ਸਫ਼ਰ ਵਿੱਚ ਇੰਨਾ ਵੱਡਾ ਘੁਟਾਲਾ ਨਹੀਂ ਦੇਖਿਆ। ਉੱਥੇ ਹੀ ਆਮ ਆਦਮੀ ਪਾਰਟੀ ਨੇ ਫਤਿਹ ਕਿੱਟ ਮਾਮਲੇ ਵਿੱਚ ਜ਼ਿਲ੍ਹਾ ਪੱਧਰ ਤੇ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਪ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਤੋਂ ਭਾਵ ਹੈ ਆਪੇ ਨਹੀਂ ਮੈਂ ਰੱਜੀ ਪੁੱਜੀ, ਆਪੇ ਨਹੀਂ ਮੇਰੇ ਬੱਚੇ ਜੀਣ। ਉੱਥੇ ਹੀ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਵੀ ਘੁਟਾਲਾ ਨਹੀਂ ਮੰਗਦੇ, ਹਰ ਇੱਕ ਚੀਜ਼ ਨੂੰ ਕਲੀਨ ਚਿੱਟ ਦੇ ਦਿੰਦੇ ਆ। ਇਹਨਾਂ ਨੇ ਆਪਣੇ ਮੰਤਰੀਆਂ ਨੂੰ ਵਜ਼ੀਫੇ ਘੁਟਾਲਿਆਂ 'ਚ ਕਲੀਨ ਚਿੱਟਾਂ ਦੇ ਦਿੱਤੀਆਂ। ਸੋ ਇਹ ਪਾਰਟੀ ਖੁਦ ਨੂੰ ਕੌਣ ਕਹੂਗਾ ਕਿ ਮੈਂ ਚੋਰੀ ਕੀਤੀ ਹੈ? ਸ਼ਰੇਆਮ ਨਾ ਕਰਜ਼ਾ ਜ਼ਿਆਦਾ ਤੋਂ ਜ਼ਿਆਦਾ ਚੜ੍ਹਾ ਰਹੇ ਨੇ, ਸਰਕਾਰੀ ਖਜ਼ਾਨੇ ਖਾਲੀ ਨੇ, ਲੋਕਾਂ ਨੂੰ ਦੇਣ ਨੂੰ ਕੁਛ ਨਹੀਂ। ਅਸੀਂ ਇੰਨਾ ਟੈਕਸ ਦਿੰਦੇ ਹਾਂ, ਇੱਕ ਪਿੰਡਾ ਇੱਕ ਸਿੰਗਲ ਪਿੰਡ ਕਿੰਨਾ ਕਿੰਨਾ ਟੈਕਸ ਦਿੰਦਾ, ਡੀਜ਼ਲ ਉੱਤੇ ਕਿੰਨਾ ਇਹ ਰੇਟ ਵਧਾ ਰਹੇ ਨੇ, ਇਹ ਪੈਸਾ ਕਿੱਥੇ ਜਾਂਦਾ, ਆਖਿਰਕਾਰ ਕਿੱਥੇ ਜਾਂਦਾ? ਇਹ ਪੰਜਾਬ ਸਰਕਾਰ ਜਵਾਬ ਦੇਵੇ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ। ਸੋ ਇਹ ਸਾਰਾ ਕੁਛ ਡਰਾਮੇਬਾਜ਼ੀ ਹੈ। ਇਹਨਾਂ ਨੇ ਆਖਿਰਕਾਰ ਜੇ ਕੋਈ ਵੀ ਇਹ ਕੇਸ ਹੈ ਇਹਨੂੰ ਵਿਜੀਲੈਂਸ ਜਾਂ ਹਾਈਕੋਰਟ ਦੇ ਅੰਡਰ ਇਸ ਚੀਜ਼ ਨੂੰ ਚੈੱਕ ਕਰਵਾਉਣਾ ਚਾਹੀਦਾ, ਜਾਂਚ ਪੜਤਾਲ ਦੀ ਕਰਵਾਉਣੀ ਚਾਹੀਦੀ ਹੈ, ਨਾ ਕਿ ਕੈਪਟਨ ਦੀ। ਉਹ ਆਪਣੇ ਆਪ ਨੂੰ ਕਿਉਂ ਕਹੂਗਾ ਕਿ ਮੈਂ ਚੋਰ ਹਾਂ? ਕੋਈ ਜ਼ਿੰਮੇਵਾਰ ਏਜੰਸੀ ਨੂੰ ਲਾ ਕੇ ਇਸ ਜਾਂ ਸਾਰੇ ਕੇਸ ਦੀ, ਚਾਹੇ ਫਤਿਹ ਕਿੱਟ ਘੁਟਾਲਾ ਸੀ, ਚਾਹੇ ਵੈਕਸੀਨ ਘੁਟਾਲਾ, ਜਿੰਨੇ ਵੀ ਇਹਨਾਂ ਦੇ ਘੁਟਾਲੇ ਬਾਹਰ ਆ ਰਹੇ ਆ।